ਪੂਰਾ ਡਰ ਨਹੀਂ ਇਹਨਾਂ ਚੋਰਾਂ ਨੂੰ। ਵੇਖੋ ਕਿਵੇਂ ਬੇਖੌਫ ਹੋ ਕੇ ਕੀਤੀ ਗੁਰੂ ਘਰ ਚ ਚੋਰੀ। ਗੋਲਕ ਚੋ 20,000 ਦੀ ਨਕਦੀ ਕੱਢ ਕੇ ਹੋਏ ਫਰਾਰ। ਤਾਂ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਹ ਵੇਖ ਸਕਦੇ ਹੋ ਕਿਵੇਂ ਇਹ ਬੇਖੌਫ ਹੋ ਕੇ ਗੁਰੂ ਘਰ ਦੇ ਵਿੱਚ ਵੜ ਕੇ ਚੋਰੀ ਕਰਦੇ ਨੇ। ਜਿਵੇਂ ਇਹਨਾਂ ਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਹੁੰਦਾ। ਤਾਂ ਪਹਿਲਾਂ ਇਹ ਗੋਲਕ ਚੁੱਕਦੇ ਨੇ ਤੇ ਫਿਰ ਹੇਠਾਂ ਰੱਖ ਕੇ ਆਰਾਮ ਦੇ ਨਾਲ ਪੈਸੇ ਕੱਢਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਗੁਰੂ ਘਰ 'ਚ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ, ਜਿਸ ਦੇ ਵਿੱਚ ਚੋਰ ਗੋਲਕ ਦੇ ਵਿੱਚ ਪਈ 20,000 ਦੀ ਨਕਦੀ ਕੱਢ ਕੇ ਆਪਣੇ ਨਾਲ ਲੈ ਜਾਂਦੇ ਨੇ ਤੇ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤਸਵੀਰਾਂ 'ਚ ਦੋ ਚੋਰ ਵਿਖਣੇ ਨੇ, ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਗੋਲਕ ਦਾ ਲੌਕ ਤੋੜਿਆ ਗਿਆ ਤੇ ਫਿਰ ਇਸ ਨੂੰ ਬਾਹਰ ਕੱਢ ਕੇ ਹੇਠਾਂ ਰੱਖਿਆ ਤੇ ਸਾਰੀ ਨਕਦੀ ਕੱਢ ਲੈਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਗੁਰੂ ਘਰ ਦੇ ਪਾਠੀ ਸੇਵਾਦਾਰ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਕਿ ਉਹ ਰਾਤ ਨੂੰ ਆਪਣੇ ਘਰ ਚਲੇ ਗਏ ਸੀ। ਤਾਂ ਜਿਵੇਂ ਹੀ ਸਵੇਰੇ ਉਹ ਗੁਰੂ ਘਰ ਦੇ ਵਿੱਚ ਆਉਂਦੇ ਨੇ ਤਾਂ ਗੁਰੂ ਘਰ ਦਾ ਲੌਕ ਟੁੱਟਿਆ ਹੁੰਦਾ ਹੈ। ਤਾਂ ਉਹਨਾਂ ਵੱਲੋਂ ਜਦ ਵੇਖਿਆ ਗਿਆ ਤਾਂ ਗੋਲਕ ਦੇ ਵਿੱਚੋਂ ਸਾਰੀ ਰਕਮ ਗਾਇਬ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੂਰਾ ਡਰ ਨਹੀਂ ਇਹਨਾਂ ਚੋਰਾਂ ਨੂੰ। ਵੇਖੋ ਕਿਵੇਂ ਬੇਖੌਫ ਹੋ ਕੇ ਕੀਤੀ ਗੁਰੂ ਘਰ 'ਚ ਚੋਰੀ। ਗੋਲਕ ਚੋ 20,000 ਦੀ ਨਕਦੀ ਕੱਢ ਕੇ ਹੋਏ ਫਰਾਰ। ਤਾਂ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਹ ਵੇਖ ਸਕਦੇ ਹੋ ਕਿਵੇਂ ਇਹ ਬੇਖੌਫ ਹੋ ਕੇ ਗੁਰੂ ਘਰ ਦੇ ਵਿੱਚ ਵੜ ਕੇ ਚੋਰੀ ਕਰਦੇ ਨੇ। ਜਿਵੇਂ ਇਹਨਾਂ ਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਹੁੰਦਾ। ਤਾਂ ਪਹਿਲਾਂ ਇਹ ਗੋਲਕ ਚੁੱਕਦੇ ਨੇ ਤੇ ਫਿਰ ਹੇਠਾਂ ਰੱਖ ਕੇ ਆਰਾਮ ਦੇ ਨਾਲ ਪੈਸੇ ਕੱਢਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਗੁਰੂ ਘਰ 'ਚ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ, ਜਿਸ ਦੇ ਵਿੱਚ ਚੋਰ ਗੋਲਕ ਦੇ ਵਿੱਚ ਪਈ 20,000 ਦੀ ਨਕਦੀ ਕੱਢ ਕੇ ਆਪਣੇ ਨਾਲ ਲੈ ਜਾਂਦੇ ਨੇ ਤੇ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤਸਵੀਰਾਂ 'ਚ ਦੋ ਚੋਰ ਵਿਖਣੇ ਨੇ, ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਗੋਲਕ ਦਾ ਲੌਕ ਤੋੜਿਆ ਗਿਆ ਤੇ ਫਿਰ ਇਸ ਨੂੰ ਬਾਹਰ ਕੱਢ ਕੇ ਹੇਠਾਂ ਰੱਖਿਆ ਤੇ ਸਾਰੀ ਨਕਦੀ ਕੱਢ ਲੈਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਗੁਰੂ ਘਰ ਦੇ ਪਾਠੀ ਸੇਵਾਦਾਰ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਕਿ ਉਹ ਰਾਤ ਨੂੰ ਆਪਣੇ ਘਰ ਚਲੇ ਗਏ ਸੀ। ਤਾਂ ਜਿਵੇਂ ਹੀ ਸਵੇਰੇ ਉਹ ਗੁਰੂ ਘਰ ਦੇ ਵਿੱਚ ਆਉਂਦੇ ਨੇ ਤਾਂ ਗੁਰੂ ਘਰ ਦਾ ਲੌਕ ਟੁੱਟਿਆ ਹੁੰਦਾ ਹੈ। ਤਾਂ ਉਹਨਾਂ ਵੱਲੋਂ ਜਦ ਵੇਖਿਆ ਗਿਆ ਤਾਂ ਗੋਲਕ ਦੇ ਵਿੱਚੋਂ ਸਾਰੀ ਰਕਮ ਗਾਇਬ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੂਰਾ ਡਰ ਨਹੀਂ ਇਹਨਾਂ ਚੋਰਾਂ ਨੂੰ। ਵੇਖੋ ਕਿਵੇਂ ਬੇਖੌਫ ਹੋ ਕੇ ਕੀਤੀ ਗੁਰੂ ਘਰ 'ਚ ਚੋਰੀ। ਗੋਲਕ ਚੋ 20,000 ਦੀ ਨਕਦੀ ਕੱਢ ਕੇ ਹੋਏ ਫਰਾਰ। ਤਾਂ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਹ ਵੇਖ ਸਕਦੇ ਹੋ ਕਿਵੇਂ ਇਹ ਬੇਖੌਫ ਹੋ ਕੇ ਗੁਰੂ ਘਰ ਦੇ ਵਿੱਚ ਵੜ ਕੇ ਚੋਰੀ ਕਰਦੇ ਨੇ। ਜਿਵੇਂ ਇਹਨਾਂ ਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਹੁੰਦਾ। ਤਾਂ ਪਹਿਲਾਂ ਇਹ ਗੋਲਕ ਚੁੱਕਦੇ ਨੇ ਤੇ ਫਿਰ ਹੇਠਾਂ ਰੱਖ ਕੇ ਆਰਾਮ ਦੇ ਨਾਲ ਪੈਸੇ ਕੱਢਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਗੁਰੂ ਘਰ 'ਚ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ, ਜਿਸ ਦੇ ਵਿੱਚ ਚੋਰ ਗੋਲਕ ਦੇ ਵਿੱਚ ਪਈ 20,000 ਦੀ ਨਕਦੀ ਕੱਢ ਕੇ ਆਪਣੇ ਨਾਲ ਲੈ ਜਾਂਦੇ ਨੇ ਤੇ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤਸਵੀਰਾਂ 'ਚ ਦੋ ਚੋਰ ਵਿਖਣੇ ਨੇ, ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਗੋਲਕ ਦਾ ਲੌਕ ਤੋੜਿਆ ਗਿਆ ਤੇ ਫਿਰ ਇਸ ਨੂੰ ਬਾਹਰ ਕੱਢ ਕੇ ਹੇਠਾਂ ਰੱਖਿਆ ਤੇ ਸਾਰੀ ਨਕਦੀ ਕੱਢ ਲੈਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਗੁਰੂ ਘਰ ਦੇ ਪਾਠੀ ਸੇਵਾਦਾਰ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਕਿ ਉਹ ਰਾਤ ਨੂੰ ਆਪਣੇ ਘਰ ਚਲੇ ਗਏ ਸੀ। ਤਾਂ ਜਿਵੇਂ ਹੀ ਸਵੇਰੇ
ਉਹ ਗੁਰੂ ਘਰ ਦੇ ਵਿੱਚ ਆਉਂਦੇ ਨੇ ਤਾਂ ਗੁਰੂ ਘਰ ਦਾ ਲੋਕ ਟੁੱਟਿਆ ਹੁੰਦਾ ਤਾਂ ਉਹਨਾਂ ਵੱਲੋਂ ਜਦ ਵੇਖਿਆ ਗਿਆ ਤਾਂ ਗੋਲਕ ਦੇ ਵਿੱਚੋਂ ਸਾਰੀ ਰਕਮ ਗਾਇਬ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।